ਥੋੜ੍ਹੀ ਦੇਰ ਪਹਿਲਾਂ ਹਾਦਸਾ ਹੋਇਆ, ਕਾਸ ਕਾਸ ਦੇ ਵਿਚਕਾਰ ਹੋਇਆ ਇਹ। ਮੋਟਰਸਾਈਕਲ ਦੇ ਰੇਹੜੀ ਵਾਲੇ ਵਿੱਚ ਹੋਈ ਆ। ਕਿੰਨਾ ਕਿਹੜੀ ਰੇਹੜੀ ਸੀ? ਜੁਗਾੜ ਰੇਹੜੀ। ਜੁਗਾੜ ਰੇਹੜੀ। ਅੱਛਾ, ਕਿੰਨੇ ਬੰਦੇ ਫੱਟੜ ਹੋਏ ਦੇਖੇ ਤੁਸੀਂ? ਦੋ ਬੰਦੇ। ਪੁਲਿਸ ਵਾਲੇ ਆਏ? ਨਹੀਂ, ਪੁਲਿਸ ਨਹੀਂ। ਸਾਡੇ ਕੋਲ ਦੋ ਵਿਅਕਤੀ ਆਏ ਆ ਜੀ ਭਵਾਨੀਗੜ੍ਹ ਰੋਡ ਤੋਂ। ਦੋਨੇ ਅਨਨੋਨ ਹੈ, ਇੱਕ 25 ਸਾਲ ਦੇ 35 ਸਾਲ ਦੇ ਅਰਾਊਂਡ ਵਿਅਕਤੀ ਨੇ। ਦੋਨਾਂ ਦੇ ਸੱਟਾਂ ਗੰਭੀਰ ਲੱਗੀਆਂ ਅਤੇ ਦੋਨਾਂ ਨੂੰ ਅਸੀਂ ਪਟਿਆਲਾ ਰੈਫਰ ਕੀਤਾ।